ਕੀ ਹਾਲ ਹੈ ਸਾਰਿਆਂ ਦੇ। ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ। ਅੱਜ ਅਸੀਂ ਬਣਾਉਣ ਜਾ ਰਹੇ ਹਾਂ ਗੁਲਾਬ ਦਾ ਫੁੱਲ। ਅਤੇ ਇਹ ਚੀਜ਼ ਹੈ ਫੰਟੈਸਟਿਕ ਚੀਜ਼ ਆ, ਜਿਹੜੀ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ। ਬਣੇ ਰਹੋ ਸਾਡੇ ਬਲੌਗ ਦੇ ਵਿੱਚ। ਅਤੇ ਕਰਦੇ ਹਾਂ ਸ਼ੁਰੂ। ਆਪਾਂ ਇਹਨੂੰ ਟਰੇਸ ਕਰ ਲਿਆ ਕੱਪੜੇ ਦੇ ਉੱਪਰ, ਹੁਣ ਇਹਨੂੰ ਪੇਂਟ ਕਰਾਂਗੇ ਆਪਾਂ। ਪਹਿਲਾਂ ਅਸੀਂ ਪੱਤੀਆਂ ਦੇ ਵਿੱਚ ਥੋੜ੍ਹਾ ਥੋੜ੍ਹਾ ਵਾਈਟ ਕਲਰ ਭਰਾਂਗੇ, ਫਿਰ ਉਸ ਤੋਂ ਬਾਅਦ ਉਹਨੂੰ ਥੋੜ੍ਹੀ ਜਿਹੀ ਪਿੰਕਿਸ਼ ਹੀ ਸ਼ੇਡ ਦੇਵਾਂਗੇ, ਕਿਉਂਕਿ ਕੱਪੜੇ ਦੇ ਉੱਪਰ ਵਾਈਟ ਕਲਰ ਕਰਕੇ ਉਸ ਦੇ ਉੱਪਰ ਪਿੰਕਿਸ਼ ਹੀ ਸ਼ੇਡ ਕਰਕੇ ਉਹਦਾ ਕਲਰ ਬਹੁਤ ਸੋਹਣਾ ਆਉਂਦਾ ਹੈ।
ਇਹ ਹੁਣ ਬਾਕੀ ਦਾ ਜਿਹੜਾ ਰਹਿੰਦਾ ਫਲਾਵਰ ਆ ਇਹ ਅਸੀਂ ਨੈਕਸਟ ਹੋ ਸਕਦਾ ਨੈਕਸਟ ਵੀਡੀਓ 'ਚ ਕੰਪਲੀਟ ਕਰੀਏ, ਹੋ ਸਕਦਾ ਇਸੇ ਵੀਡੀਓ 'ਚ ਕੰਪਲੀਟ ਹੋ ਜਾਏ। ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਬੈੱਲ ਆਈਕਨ ਦਬਾ ਦਿਓ ਅਤੇ ਸੋਹਣੇ ਸੋਹਣੇ ਕਮੈਂਟ ਕਰ ਦਿਓ। ਆਹ ਸਾਡਾ ਹਾਫ ਫਲਾਵਰ ਪੇਂਟ ਹੋ ਚੁੱਕਾ ਜੀ, ਹੁਣ ਅਸੀਂ ਤੁਹਾਨੂੰ ਮਿਲਾਂਗੇ ਅਗਲੇ ਪਾਰਟ ਦੇ ਵਿੱਚ। ਇਸ ਫਲਾਵਰ ਨੂੰ ਅਸੀਂ ਕਰਾਂਗੇ ਕੰਪਲੀਟ ਅਗਲੇ ਪਾਰਟ ਦੇ ਵਿੱਚ। ਅਤੇ ਸਾਡੇ ਚੈਨਲ 'ਤੇ ਬਣੇ ਰਹੋ, ਸਬਸਕ੍ਰਾਈਬ ਕਰ ਲਓ, ਬੈੱਲ ਆਈਕਨ ਦਬਾ ਦਿਓ, ਸੋਹਣੇ ਸੋਹਣੇ ਕਮੈਂਟ ਕਰ ਦਿਓ। ਛੇਤੀ ਤੋਂ ਛੇਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸੋਹਣੀਆਂ ਸੋਹਣੀਆਂ ਵੀਡੀਓ ਵੇਖਣ ਨੂੰ ਤੁਹਾਨੂੰ ਮਿਲਦੀਆਂ ਰਹਿਣ। ਅਸੀਂ ਇੰਨੀ ਮਿਹਨਤ ਕਰਦੇ ਹਾਂ, ਤੁਸੀਂ ਸਬਸਕ੍ਰਾਈਬ ਨਹੀਂ ਕਰਦੇ। ਬਾਏ ਬਾਏ, ਗੁੱਡ ਨਾਈਟ, ਸਤਿ ਸ਼੍ਰੀ ਅਕਾਲ।